ਆ ਤਾਂ ਚੋਰਾਂ ਨੇ ਹੱਦ ਹੀ ਕਰ ਦਿੱਤੀ। ਦੱਸ ਦਈਏ ਕਿ ਇੱਕ ਦੁਕਾਨ ਦੇ ਬਾਹਰ ਸਕੂਟੀ ਦੇ ਉੱਤੇ ਚੀਨੀ ਦੀ ਬੋਰੀ ਸਮੇਤ ਸਕੂਟੀ ਹੀ ਲੈ ਕੇ ਚੋਰ ਫਰਾਰ ਹੋ ਗਿਆ। ਦੁਕਾਨਦਾਰ ਦਾ ਕਹਿਣਾ ਹੈ ਕਿ ਉਸਨੇ ਹਾਲੇ ਚੀਨੀ ਦੀ ਬੋਰੀ ਉਤਾਰੀ ਵੀ ਨਹੀਂ ਸੀ ਕਿ ਸਿਰਫ ਆ ਕੇ ਸਕੂਟੀ ਤੋਂ ਉਤਰਿਆ ਹੀ ਸੀ, ਅਤੇ ਜਿਵੇਂ ਹੀ ਦੁਕਾਨ ਦੇ ਅੰਦਰ ਗਿਆ ਤਾਂ ਪਿੱਛੋਂ ਤੀ ਆ ਕੇ ਚੋਰ ਸਕੂਟੀ ਸਮੇਤ ਚੀਨੀ ਦੀ ਬੋਰੀ ਵੀ ਨਾਲ ਹੀ ਲੈ ਗਿਆ। ਘਟਨਾ CCTV ਵਿੱਚ ਕੈਦ ਹੋਈ ਹੈ। ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਸਕੂਟੀ ਖੜੀ ਨਜ਼ਰ ਆ ਰਹੀ ਹੈ ਅਤੇ ਉਸਦੇ ਅੱਗੇ ਇੱਕ ਚੀਨੀ ਦਾ ਥੈਲਾ ਪਿਆ, ਅਤੇ ਨਾਲ ਦੀ ਨਾਲ ਜਿਵੇਂ ਹੀ ਦੁਕਾਨਦਾਰ ਇੱਥੋਂ ਉਤਰ ਕੇ ਜਾਂਦਾ ਤਾਂ ਪਿੱਛੋਂ ਤੀ ਆਏ ਚੋਰ ਦੇ ਵੱਲੋਂ ਇਸ ਸਕੂਟੀ ਨੂੰ ਚੀਨੀ ਦੀ ਥੈਲੇ ਸਮੇਤ ਹੀ ਚੱਕ ਕੇ ਲੈ ਜਾਂਦਾ, ਅਤੇ ਇਹ ਘਟਨਾ ਸਾਰੀ ਹੀ ਕੋਲ ਲੱਗੇ CCTV 'ਚ ਵੀ ਕੈਦ ਹੋਈ ਹੈ। ਤਾਂ ਖਬਰ ਦਸੂਆ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ। ਲੋਕਾਂ ਦਾ ਕਹਿਣਾ ਕਿ ਹੁਣ ਆਪਣੇ 2-ਪਹੀਆ ਵਾਹਨ ਨੂੰ ਬਾਹਰ ਖੜਾਉਣਾ ਵੀ ਕਾਫੀ ਮੁਸ਼ਕਿਲ ਹੋ ਗਿਆ, ਕਿਉਂਕਿ ਇਲਾਕੇ ਦੇ ਵਿੱਚ ਲਗਾਤਾਰ ਆਏ ਦਿਨ ਚੋਰੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਤਾਂ ਦਸੂਆ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਨੇ। ਇੱਕ ਚੀਨੀ ਦੀ ਬੋਰੀ ਸਮੇਤ ਐਕਟਿਵਾ ਨੂੰ ਹੀ ਚੋਰੀ ਕਰਕੇ ਚੋਰ ਲੈ ਗਿਆ, ਅਤੇ ਘਟਨਾ ਕੋਲ ਹੀ ਲੱਗੇ ਇੱਕ CCTV 'ਚ ਕੈਦ ਹੋ ਗਈ ਹੈ। ਆ ਤਾਂ ਚੋਰਾਂ ਨੇ ਹੱਦ ਹੀ ਕਰ ਦਿੱਤੀ। ਦੱਸ ਦਈਏ ਕਿ ਇੱਕ ਦੁਕਾਨ ਦੇ ਬਾਹਰ ਸਕੂਟੀ ਦੇ ਉੱਤੇ ਚੀਨੀ ਦੀ ਬੋਰੀ ਸਮੇਤ ਸਕੂਟੀ ਹੀ ਲੈ ਕੇ ਚੋਰ ਫਰਾਰ ਹੋ ਗਿਆ। ਦੁਕਾਨਦਾਰ ਦਾ ਕਹਿਣਾ ਹੈ ਕਿ ਉਸਨੇ ਹਾਲੇ ਚੀਨੀ ਦੀ ਬੋਰੀ ਉਤਾਰੀ ਵੀ ਨਹੀਂ ਸੀ ਕਿ ਸਿਰਫ ਆ ਕੇ ਸਕੂਟੀ ਤੋਂ ਉਤਰਿਆ ਹੀ ਸੀ, ਅਤੇ ਜਿਵੇਂ ਹੀ ਦੁਕਾਨ ਦੇ ਅੰਦਰ ਗਿਆ ਤਾਂ ਪਿੱਛੋਂ ਤੀ ਆ ਕੇ ਚੋਰ ਸਕੂਟੀ ਸਮੇਤ ਚੀਨੀ ਦੀ ਬੋਰੀ ਵੀ ਨਾਲ ਹੀ ਲੈ ਗਿਆ। ਘਟਨਾ CCTV 'ਚ ਕੈਦ ਹੋਈ ਹੈ। ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਸਕੂਟੀ ਖੜੀ ਨਜ਼ਰ ਆ ਰਹੀ ਹੈ ਅਤੇ ਉਸਦੇ ਅੱਗੇ ਇੱਕ ਚੀਨੀ ਦਾ ਥੈਲਾ ਪਿਆ, ਅਤੇ ਨਾਲ ਦੀ ਨਾਲ ਜਿਵੇਂ ਹੀ ਦੁਕਾਨਦਾਰ ਇੱਥੋਂ ਉਤਰ ਕੇ ਜਾਂਦਾ ਤਾਂ ਪਿੱਛੋਂ ਤੀ ਆਏ ਚੋਰ ਦੇ ਵੱਲੋਂ ਇਸ ਸਕੂਟੀ ਨੂੰ ਚੀਨੀ ਦੀ ਥੈਲੇ ਸਮੇਤ ਹੀ ਚੱਕ ਕੇ ਲੈ ਜਾਂਦਾ, ਅਤੇ ਇਹ ਘਟਨਾ ਸਾਰੀ ਹੀ ਕੋਲ ਲੱਗੇ CCTV 'ਚ ਵੀ ਕੈਦ ਹੋਈ ਹੈ। ਤਾਂ ਖਬਰ ਦਸੂਆ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ। ਲੋਕਾਂ ਦਾ ਕਹਿਣਾ ਕਿ ਹੁਣ ਆਪਣੇ 2-ਪਹੀਆ ਵਾਹਨ ਨੂੰ ਬਾਹਰ ਖੜਾਉਣਾ ਵੀ ਕਾਫੀ ਮੁਸ਼ਕਿਲ ਹੋ ਗਿਆ, ਕਿਉਂਕਿ ਇਲਾਕੇ ਦੇ ਵਿੱਚ ਲਗਾਤਾਰ ਆਏ ਦਿਨ ਚੋਰੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਤਾਂ ਦਸੂਆ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਨੇ। ਇੱਕ ਚੀਨੀ ਦੀ ਬੋਰੀ ਸਮੇਤ ਐਕਟਿਵਾ ਨੂੰ ਹੀ ਚੋਰੀ ਕਰਕੇ ਚੋਰ ਲੈ ਗਿਆ, ਅਤੇ ਘਟਨਾ ਕੋਲ ਹੀ ਲੱਗੇ ਇੱਕ CCTV 'ਚ ਕੈਦ ਹੋ ਗਈ ਹੈ। ਆ ਤਾਂ ਚੋਰਾਂ ਨੇ ਹੱਦ ਹੀ ਕਰ ਦਿੱਤੀ। ਦੱਸ ਦਈਏ ਕਿ ਇੱਕ ਦੁਕਾਨ ਦੇ ਬਾਹਰ ਸਕੂਟੀ ਦੇ ਉੱਤੇ ਚੀਨੀ ਦੀ ਬੋਰੀ ਸਮੇਤ ਸਕੂਟੀ ਹੀ ਲੈ ਕੇ ਚੋਰ ਫਰਾਰ ਹੋ ਗਿਆ। ਦੁਕਾਨਦਾਰ ਦਾ ਕਹਿਣਾ ਹੈ ਕਿ ਉਸਨੇ ਹਾਲੇ ਚੀਨੀ ਦੀ ਬੋਰੀ ਉਤਾਰੀ ਵੀ ਨਹੀਂ ਸੀ ਕਿ ਸਿਰਫ ਆ ਕੇ ਸਕੂਟੀ ਤੋਂ ਉਤਰਿਆ ਹੀ ਸੀ, ਅਤੇ ਜਿਵੇਂ ਹੀ ਦੁਕਾਨ ਦੇ ਅੰਦਰ ਗਿਆ ਤਾਂ ਪਿੱਛੋਂ ਤੀ ਆ ਕੇ ਚੋਰ ਸਕੂਟੀ ਸਮੇਤ ਚੀਨੀ ਦੀ ਬੋਰੀ ਵੀ ਨਾਲ ਹੀ ਲੈ ਗਿਆ। ਘਟਨਾ CCTV 'ਚ ਕੈਦ ਹੋਈ ਹੈ। ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਸਕੂਟੀ ਖੜੀ ਨਜ਼ਰ ਆ ਰਹੀ ਹੈ ਅਤੇ ਉਸਦੇ ਅੱਗੇ ਇੱਕ ਚੀਨੀ ਦਾ ਥੈਲਾ ਪਿਆ, ਅਤੇ ਨਾਲ ਦੀ ਨਾਲ ਜਿਵੇਂ ਹੀ ਦੁਕਾਨਦਾਰ ਇੱਥੋਂ ਉਤਰ ਕੇ ਜਾਂਦਾ ਤਾਂ ਪਿੱਛੋਂ ਤੀ ਆਏ ਚੋਰ ਦੇ ਵੱਲੋਂ ਇਸ ਸਕੂਟੀ ਨੂੰ ਚੀਨੀ ਦੀ ਥੈਲੇ ਸਮੇਤ ਹੀ ਚੱਕ ਕੇ ਲੈ ਜਾਂਦਾ, ਅਤੇ ਇਹ ਘਟਨਾ ਸਾਰੀ ਹੀ ਕੋਲ ਲੱਗੇ CCTV 'ਚ ਵੀ ਕੈਦ ਹੋਈ ਹੈ। ਤਾਂ ਖਬਰ ਦਸੂਆ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ। ਲੋਕਾਂ ਦਾ ਕਹਿਣਾ ਕਿ ਹੁਣ ਆਪਣੇ 2-ਪਹੀਆ ਵਾਹਨ ਨੂੰ ਬਾਹਰ ਖੜਾਉਣਾ ਵੀ ਕਾਫੀ ਮੁਸ਼ਕਿਲ ਹੋ ਗਿਆ, ਕਿਉਂਕਿ ਇਲਾਕੇ ਦੇ ਵਿੱਚ ਲਗਾਤਾਰ ਆਏ ਦਿਨ ਚੋਰੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਤਾਂ ਦਸੂਆ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਨੇ। ਇੱਕ ਚੀਨੀ ਦੀ ਬੋਰੀ ਸਮੇਤ ਐਕਟਿਵਾ ਨੂੰ ਹੀ ਚੋਰੀ ਕਰਕੇ ਚੋਰ ਲੈ ਗਿਆ, ਅਤੇ ਘਟਨਾ ਕੋਲ ਹੀ ਲੱਗੇ ਇੱਕ CCTV 'ਚ ਕੈਦ ਹੋ ਗਈ ਹੈ।